ਗੱਲ ਹੋ ਰਹੀ ਸੀ ਕਿ ਸਟੇਜ ਤੁਸੀਂ ਸਮਝੋ ਕਿ ਮੁਸ਼ਕਲ ਹੈ ਜਾਂ ਟੀਵੀ ਮੁਸ਼ਕਲ ਹੈ ਔਰ ਖੈਰ ਤੁਸੀਂ ਅੱਗੇ ਆਪਣੇ ਥੋੜੀ ਜਿਹੀ ਗੱਲ ਵਿੱਚ ਦੱਸ ਦਿੱਤਾ ਜੀ ਮੈਂ ਗੁਜ਼ਾਰਿਸ਼ ਕਰ ਰਿਹਾ ਸਾਂ ਕਿ ਰੇਡੀਓ ਜਿਹੜਾ ਹੈ ਉਹ ਇੱਕ ਵੱਖਰਾ ਕੰਮ ਹੈ ਥੀਏਟਰ ਜਿਹੜਾ ਹੈ ਉਹ ਇੱਕ ਬਿਲਕੁਲ ਹੀ ਵੱਖਰਾ ਕੰਮ ਹੈ ਔਰ ਟੈਲੀਵਿਜ਼ਨ ਬੜਾ ਇੱਕ ਵੱਖਰਾ ਕੰਮ ਹੈ ਵੱਖਰਾ ਤਾਂ ਮੈਂ ਕਹਿਤਾ ਹੈ ਲੇਕਿਨ ਇਸ ਦੀ ਮੈਂ ਮਿਸਾਲ ਇਸ ਤਰ੍ਹਾਂ ਦੇਸਾਂ ਤੁਸਾਂ ਕਿ ਸਟੇਜ ਜਿਹੜਾ ਹੈ ਉਹ ਲਾਊਡ ਹੈ ਜੀ ਸਟੇਜ ਤੇ ਅਗਰ 1000 ਆਡੀਅੰਸ ਬੈਠੀ ਹੈ ਤਾਂ ਤੁਸਾਂ ਆਪਣੀ ਪਰਫਾਰਮੈਂਸ ਦੇ ਨਾਲ ਆਪਣੀ ਆਵਾਜ਼ ਦੇ ਨਾਲ ਪਿਛਲੇ 1000ਵੇਂ ਬੰਦੇ ਤੱਕ ਵੀ ਆਪਣਾ ਪਰਫਾਰਮੈਂਸ ਤੇ ਐਕਸ਼ਨ ਤੇ ਐਕਟਿੰਗ ਪਹੁੰਚਾਣੀ ਹੈ ਲੈਜ਼ ਅ ਲਾਊਡ ਐਕਸਪ੍ਰੈਸ਼ਨ ਕੀਤੇ ਜਾਂਦੇ ਨੇ ਠੀਕ ਹੈ ਨਾ ਜੀ ਟੈਲੀਵਿਜ਼ਨ ਜਿਹੜਾ ਹੈ ਉਹ ਬੜਾ ਨੈਚੁਰਲ ਮੀਡੀਆ ਡਰਾਇੰਗ ਰੂਮ ਮੀਡੀਆ ਤੁਸੀਂ ਬੈਠੇ ਹੋ ਆਪਣੇ ਮਾਂ ਨਾਲ ਬੱਚਿਆਂ ਦੇ ਨਾਲ ਬੀਵੀ ਦੇ ਨਾਲ ਭੈਣਾਂ ਦੇ ਨਾਲ ਬੈਠੇ ਹੋ ਨਾਲ ਰੋਟੀ ਵੀ ਖਾ ਰਹੇ ਹੋ ਨਾਲ ਹੋਰ ਕੰਮ ਵੀ ਹੋ ਰਹੇ ਨੇ ਨਾਲ ਟੀਵੀ ਵੀ ਵੇਖ ਰਹੇ ਹੋ ਦੇਖ ਰਹੇ ਹੋ ਤੁਸੀਂ ਤੇ ਡਰਾਇੰਗ ਰੂਮ ਦੇ ਵਿੱਚ ਆਏ ਹੋ ਉਹ ਹੁਣ ਉੱਥੇ ਲੱਗਦਾ ਇਸ ਤਰ੍ਹਾਂ ਹੈ ਕਿ ਜੀ ਕਿਸੇ ਦੇ ਘਰ ਜਾ ਕੇ ਕੈਮਰਾ ਰੱਖ ਦਿੱਤਾ ਹੈ ਜਿਹੜਾ ਡਰਾਮਾ ਚੱਲ ਰਿਹਾ ਉਹ ਲੱਗੇ ਇਸ ਤਰੀਕੇ ਦੇ ਨਾਲ ਕਿ ਹਾਂ ਯਾਰ ਅਸੀਂ ਕਿਸੇ ਦੇ ਘਰ ਮਤਲਬ ਚਾਤੀ ਮਾਰ ਰਹੇ ਹਾਂ ਤੇ ਵੇਖ ਰਹੇ ਹਾਂ ਕਿ ਜੀ ਕੀ ਹੋ ਰਿਹਾ ਹੁਣ ਤੇ ਡਰਾਮਾ ਟੀਵੀ ਦਾ ਵੀ ਡਰਾਮਾ ਲਾਊਡ ਹੋ ਗਿਆ ਖਾਸਾ ਲਾਊਡ ਹੋ ਗਿਆ ਫਿਲਮ ਤੋਂ ਮੁਤਾਸਰ ਹੋ ਕੇ ਅੱਛਾ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਹੈ ਜ਼ੁਖਰਾਨ ਸਾਹਿਬ ਮੈਨੂੰ ਇਹ ਦੱਸੋ ਕਿ ਮੈਂ ਸੁਣਿਆ ਹੈ ਕਿ ਤੁਹਾਨੂੰ ਕਾਫੀ ਫਿਲਮਾਂ 'ਚ ਅਪਰੋਚ ਕੀਤੀ ਗਈ ਹੈ ਪਰ ਤੁਸੀਂ ਫਿਲਮ ਲਾਈਨ 'ਚ ਕਿਉਂ ਨਹੀਂ ਗਏ ਫਿਲਮ ਤੋਂ ਕਿਸੇ ਕੰਮ ਕਿਉਂ ਨਹੀਂ ਕੀਤਾ ਅਮਰ ਭਾਈ ਗੱਲ ਇਹ ਹੈ ਕਿ ਇਹ ਕੁਛ ਨਸੀਬਾਂ ਦੀ ਗੱਲ ਹੈ ਮੈਂ ਜਿਹੜੇ ਵੱਡੇ ਵੱਡੇ ਡਾਇਰੈਕਟਰ ਨੇ ਉਹਨਾਂ ਸਾਰਿਆਂ ਨੇ ਮੈਨੂੰ ਅਲਹਮਦੁਲਿਲਾ ਆਫਰ ਵੀ ਕੀਤੀ ਹੈ ਔਰ ਮੈਂ ਜਾਵੇਦ ਫਾਜ਼ਿਲ ਸਾਹਿਬ ਸੈਦ ਨੂਰ ਸਾਹਿਬ ਮੈਡਮ ਸੰਗੀਤਾ ਅੱਲਾ ਜਿਨ੍ਹਾਂ ਨਸੀਬ ਕਰਿਆ ਹਸਨੈਨ ਸਾਹਿਬ ਅਲਤਾਫ ਹੁਸੈਨ ਸਾਹਿਬ ਯਾਨੀ ਜਿਹੜੇ ਵੀ ਨਾਂ ਇਸ ਟਾਈਮ ਮੈਂ ਲਵਾਂ ਨਾ ਜਿਹੜੇ ਵੀ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੇ ਮੈਨੂੰ ਔਰ ਇੱਕ ਇੱਕ ਵੀ ਨਹੀਂ ਦੋ ਦੋ ਫਿਲਮਾਂ 'ਚ ਕੰਮ ਬਿਲਕੁਲ ਬਲਾਸਟ ਕੀਤਾ ਬਿਲਕੁਲ ਲੇਕਿਨ ਕੁਛ ਨਸੀਬ ਦੀ ਗੱਲ ਸਮਝ ਲਓ ਕੋਈ ਨਾ ਕਿਸੇ ਨਾ ਕਿਸੇ ਵਜ੍ਹਾ ਤੋਂ ਮੈਂ ਨਹੀਂ ਕੀਤਾ ਲਿਆਦਾ ਫਿਲਮ ਤੋਂ ਦੂਰ ਹਾਂ ਫਿਰ ਆਪਣੀ ਫਿਲਮ ਮੈਂ ਅਨਾਊਂਸ ਕੀਤੀ ਬੜਾ ਸਕ੍ਰਿਪਟ ਕੰਪਲੀਟ ਮਿਊਜ਼ਿਕ ਅੱਜ ਵੀ ਪਿਆ ਉਸਦਾ ਅੱਛਾ ਮਿਊਜ਼ਿਕ ਪਿਆ ਸਾਰਾ ਰੈਡੀ ਕੀਤਾ ਸਭ ਕੁਛ ਹੋਇਆ ਉਹ ਮੇਰਾ ਜਿਹੜਾ ਸੰਗੀ ਸੀ ਜਿਹੜਾ ਪਾਰਟਨਰ ਸੀ ਮੇਰਾ ਉਸ ਨਾਲ ਮਰਡਰ ਹੋ ਗਿਆ ਮੈਂ ਕਰਾਚੀ ਗਿਆ ਸਾਂ ਉਹ ਉਸ ਕੋਲੋਂ ਗੱਡੀ ਖੋਣ ਦੇ ਚੱਕਰ 'ਚ ਕਿਸੇ ਨੇ ਉਹ ਫਿਰ ਮੇਰਾ ਦਿਲ ਨਹੀਂ ਕੀਤਾ ਤੇ ਇਹ ਵਜ੍ਹਾ ਅਦਰਵਾਈਜ਼ ਹੋਰ ਕੋਈ ਗੱਲ ਮੈਂ ਕਹਿੰਦਾ ਮੈਂ ਸੁਣਿਆ ਹੈ ਬਥੇਰਾ ਸੁਣਿਆ ਹੈ ਕਿ ਤੁਹਾਨੂੰ ਬਹੁਤ ਆਫਰ ਹੋਈਆਂ ਨੇ ਫਿਲਮਾਂ ਦੀਆਂ ਮਾਸ਼ਾਅੱਲਾ ਤੁਸੀਂ ਕਿਉਂਕਿ ਮੈਂ ਤੁਹਾਡੇ ਖੁਦ ਡਰਾਮੇ ਦੇਖੇ ਨੇ ਟੈਲੀ ਫਿਲਮਾਂ ਤੁਸੀਂ ਕੰਮ ਕੀਤਾ ਆ ਉਹ ਦੇਖੇ ਹੋਏ ਨੇ ਸਟੇਜ ਸ਼ੋ ਜਿਹੜੇ ਤੁਹਾਡੇ ਰਿਕਾਰਡਡ ਨੇ ਉਹ ਮੈਂ ਦੇਖੇ ਹੋਏ ਨੇ ਲਾਈਵ ਤੇ ਨਹੀਂ ਖਾਲੀ ਤੁਸੀਂ ਕੀ ਦੇਖੇ ਹੋਣੇ ਪੂਰੀ ਦੁਨੀਆ ਨੇ ਦੇਖੇ ਮੈਂ ਆਪਣੀ ਗੱਲ ਉਹ ਠੀਕ ਹੈ ਹਾਂ ਉਹ ਮੈਂ ਗੱਲ ਕਰਦਾ ਨਾ ਕਿ ਅਸੀਂ ਦੇਖੇ ਹੋਏ ਨੇ ਮਾਸ਼ਾਅੱਲਾ ਬਹੁਤ ਅੱਛੇ ਆਰਟਿਸਟ ਹੋ ਤੁਸੀਂ ਸਾਡੇ ਕੋਲ ਜਿਸਾ ਪਹਿਲੇ ਅਸੀਂ ਕਿਹਾ ਅਲਫਾਜ਼ ਕੋਈ ਨਹੀਂ ਕਿ ਅਸੀਂ ਤਾਰੀਫ ਕਰੀਏ ਔਰ ਇਹ ਮੈਂ ਹੈਰਾਨ ਸਾਂ ਕਿ ਤੁਸੀਂ ਫਿਲਮੇ ਕਰਨ ਕੀਤਾ ਚਲੋ ਹੁਣ ਪੁੱਛ ਲੈ ਤੇ ਆਪਣੇ ਜਿਹੜਾ ਦਿਲ ਤੇ ਜਿਹੜਾ ਜ਼ਿਹਨ ਤੇ ਬਹੁਤ ਸਾਰੇ ਲੋਕ ਆਖਣ ਨੇ ਕਿ ਜੀ ਤੁਸੀਂ ਫਿਲਮਾਂ ਕਿਉਂ ਨਹੀਂ ਕੀਤੀਆਂ ਇਹ ਅੱਛਾ ਔਰ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਫਿਲਮਾਂ ਨਹੀਂ ਕੀਤੀਆਂ ਤੇ ਉਹ ਕਹਿੰਦੇ ਨੇ ਜੀ ਆਈ ਡੋਂਟ ਲਾਈਕ ਮੂਵੀਜ਼ ਔਰ ਵਹਾਂ ਕਾ ਮਾਹੌਲ ਜੋ ਥਾ ਉਹ ਐਕਚੁਅਲੀ ਮੈਂ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਆਉਂਦੀ ਮਾਹੌਲ ਮੈਨੂੰ ਪਸੰਦ ਹੈ ਮਾਹੌਲ ਇਨਸਾਨ ਆਪਣਾ ਆਪ ਬਣਾਉਂਦਾ ਵੇ ਆਪਣੀ ਜਾ ਆਪ ਬਣਾਉਂਦਾ ਵੇ ਆਪਣਾ ਆਪ ਬਿਹਤਰ ਹੋਵੇ ਆਪਣੀ ਟੀਮ ਬਿਹਤਰ ਹੋਵੇ ਹਰ ਜਗ੍ਹਾ ਬੰਦਾ ਆਪਣੀ ਸ਼ਨਾਖਤ ਅਲਹਮਦੁਲਿਲਾ ਕਰਾਉਂਦਾ ਅਤੇ ਫਿਲਮ ਇੰਡਸਟਰੀ ਸਾਡੀ ਕਮਜ਼ੋਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਮੇਰੀ ਦੁਆ ਹੁਣ ਵੀ ਹੈ ਜਿਹੜੇ ਲੋਕ ਕੰਮ ਕਰ ਰਹੇ ਨੇ ਔਰ ਕੋਈ ਪਤਾ ਨਹੀਂ ਕਿਹੜੇ ਟਾਈਮ ਮੈਂ ਵੀ ਗੱਲ ਤਾਂ ਫਿਲਮ ਪੈਸਿਆਂ ਨਾਲ ਵੀ ਬਣਦੀ ਹੈ ਨਾ ਖਾਲੀ ਅਕਲ ਨਾਲ ਨਹੀਂ ਬਣਦੀ ਤੇ ਸਕ੍ਰਿਪਟ ਨਾਲ ਨਹੀਂ ਬਣਦੀ ਦੁਆ ਕਰੋ ਕੋਈ ਪਾਰਟੀ ਫਸ ਜਾਵੇ ਤੇ ਫਿਰ ਬਣਾ ਠੀਕ ਹੈ ਔਰ ਬੜੇ ਸਵਾਲ ਨੇ ਜਿਹੜੇ ਅਸੀਂ ਕਰਨੇ ਨੇ ਜੀ ਔਰ ਖਾਲੀ ਮਾਸ਼ਾਅੱਲਾ ਟਾਈਮ ਕਾਫੀ ਹੈ ਮੈਂ ਚਾਹੁੰਦਾ ਕਿ ਜ਼ੁਕਰਾਨ ਸਾਹਿਬ ਅਸੀਂ ਇੱਕ ਪਬਲਿਕ ਵਿਊ ਵੀ ਦੱਸਦੇ ਹੁੰਦੇ ਇਸ ਪ੍ਰੋਗਰਾਮ ਦੇ ਬਾਰੇ 'ਚ ਤੇ ਚੁਗਲੀਆਂ ਦੇ ਬਾਰੇ 'ਚ ਉਹ ਇੱਕ ਅਸੀਂ ਜਿਹੜੇ ਸਾਡੇ ਡਾਇਰੈਕਟਰ ਸ਼ਫੀਕ-ਉਰ-ਰਹਿਮਾਨ ਸਾਹਿਬ ਨੇ ਤਿਆਰ ਕੀਤੀ ਹੈ ਉਹ ਅਸੀਂ ਆਪਣੇ ਨਾਲ ਜ਼ਰੂਰ ਵਿਖਾਈਏ ਉਸ ਤੋਂ ਬਾਅਦ ਫਿਰ ਜਨਾਬ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜ਼ਰੂਰ ਮੈਂ ਵੀ ਦੇਖਣਾ ਲਿਓ ਨਾਜ਼ਰੀਨ ਤੁਸੀਂ ਰਿਪੋਰਟ ਦੇਖੋ ਫਿਰ ਮੇਰਾ ਤਾਲੁਕ ਬੈਲਜੀਅਮ ਨਾਲ ਹੈ ਅਤੇ ਮੈਂ ਅਕੈਡਮੀ ਦੇ ਨਾਲ ਚੁੜੀਆਂ ਪ੍ਰੋਗਰਾਮ ਦੇਖਣਾ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇੱਥੇ ਵਿਜ਼ਿਟ 'ਤੇ ਆਇਆ ਹੋਇਆ ਸੀ ਅਤੇ ਮੇਰੀ ਮੁਲਾਕਾਤ ਇਸ ਇਹਨਾਂ ਦੀ ਟੀਮ ਨਾਲ ਹੋ ਗਈ ਤੁਹਾਡਾ ਵੀ ਇਹੀ ਤਜਰਬਾ ਹੋਇਆ ਹੋਏਗਾ ਕਿ ਤੁਸੀਂ ਅਗਰ ਇਸ ਚੀਜ਼ ਨੂੰ ਰੀਅਲਾਈਜ਼ ਕਰੋ ਕਿ ਅਕਸਰ ਲੋਕ ਅਸੀਂ ਬਾਹਰਲੇ ਮਮਾਲਿਕ ਦੇ ਅੰਦਰ ਬੈਲਜੀਅਮ ਜਰਮਨ ਆਲੈਂਡ ਔਰ ਯੂਕੇ ਦੇ ਅੰਦਰ ਵੀ ਬਹਿ ਕੇ ਸਿਰਫ ਅਸੀਂ ਪਾਕਿਸਤਾਨ ਦੀਆਂ ਚੁਗਲੀਆਂ ਕਰਦੇ ਰਹਿੰਦੇ ਔਰ ਇਹ ਕਹਿੰਦੇ ਹਾਂ ਕਿ ਸਾਡੇ ਪਾਕਿਸਤਾਨ ਦੇ ਅੰਦਰ ਕੀ ਗਲਤੀਆਂ ਨੇ ਔਰ ਸਾਨੂੰ ਪਾਕਿਸਤਾਨ ਨੇ ਕੀ ਦਿੱਤਾ ਅਗਰ ਆਪੋਜ਼ਿਟ ਤੁਸੀਂ ਸੋਚੋ ਕਿ ਸਾਨੂੰ ਅਸੀਂ ਅਗਰ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਈਏ ਕਿ ਅਸੀਂ ਪਾਕਿਸਤਾਨ ਨੂੰ ਕੀ ਦਿੱਤਾ ਤਾਂ ਬਹੁਤ ਮੇਰੇ ਖਿਆਲ ਦੇ ਮੁਤਾਬਕ ਜਿਹੜਾ ਵਾ ਬਿਹਤਰੀ ਦੇ ਤਰੱਕੀ ਦੇ ਚਾਂਸਿਸ ਹੈਗੇ ਨੇ ਔਰ ਸਾਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਕੋਈ ਅਮਲੀ ਤੌਰ 'ਤੇ ਪੋਜ਼ਿਟਿਵ ਪਾਕਿਸਤਾਨ ਦੇ ਬਾਰੇ ਸੋਚ ਰੱਖਣੀ ਚਾਹੀਦੀ ਕਿਉਂਕਿ ਸਾਨੂੰ ਸਾਡੀ ਧਰਤੀ ਨੇ ਬਹੁਤ ਕੁਛ ਦਿੱਤਾ ਅਤੇ ਸਾਨੂੰ ਉਸ ਧਰਤੀ ਨਾਲ ਬਹੁਤ ਮੁਹੱਬਤ ਹੈਗੀ ਹੈ
ਪਰਸਨਲ ਵਿਊ ਦੇ ਮੁਤਾਬਕ ਅਗਰ ਤੁਸੀਂ ਹੋਰ ਨਾ ਸੋਚੋ ਤਾਂ ਇਸ ਪ੍ਰੋਗਰਾਮ ਛੋਟੇ ਜਿਹੇ ਪ੍ਰੋਗਰਾਮ ਦਾ ਬਹੁਤ ਵੱਡਾ ਮਕਸਦ ਹੈ ਕਿ ਜਿਸ ਦੀ ਵਜ੍ਹਾ ਨਾਲ ਇਨਸਾਨ ਚੁਗਲੀਆਂ ਛੋੜੇਗਾ ਔਰ ਕਿਸੇ ਦੀ ਬੁਰਾਈ ਖਤਮ ਹੋਏਗੀ ਔਰ ਆਪਣੇ ਮੁਲਕ ਦੇ ਬਾਰੇ 'ਚ ਵੀ ਤੁਸੀਂ ਪੋਜ਼ਿਟਿਵ ਸੋਚ ਰੱਖੋਗੇ। ਇਸੇ ਵਜ੍ਹਾ ਨਾਲ ਮੈਂ ਇਸ ਸਾਰੀ ਟੀਮ ਨੂੰ ਖਰਾਜੇ ਤਹਿਸੀਨ ਦੇਣਾ ਵਾਂ ਅਤੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਨੇ ਲੋਕਾਂ ਦੇ ਅੰਦਰ ਅਵੇਅਰਨੈਸ ਪੈਦਾ ਕੀਤੀ ਔਰ ਇਹ ਬਹੁਤ ਹੀ ਅੱਛਾ ਪ੍ਰੋਗਰਾਮ ਔਰ ਇਸ ਨੂੰ ਜਾਰੀ ਰਹਿਣਾ ਚਾਹੀਦਾ ਹੈ। ਸ਼ੁਕਰੀਆ। ਕਾਫੀ ਫਸਾਦਾਤ ਹੁੰਦੇ ਔਰ ਜਿਹੜੀ ਹੈ ਕਿ ਇਹ ਗਿਰੀ ਵੀ ਹਰਕਤ ਹੁੰਦੀ ਹੈ ਕਿ ਕਿਸੇ ਦੇ ਖਿਲਾਫ ਕੋਈ ਐਸੀ ਗੱਲ ਕਰਦੇ ਹੋ, ਕੋਈ ਐਸੀ ਚੁਗਲੀ ਲਾਉਂਦੇ ਹੋ ਕਿ ਜਿਹੜੇ ਆਦਮੀ ਨੂੰ ਜ਼ਿਕਰ ਨਹੀਂ ਕੀਤੇ ਆਉਂਦਾ। ਇਸ ਬਾਰੇ ਤੋਂ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਜਿਹੜੇ ਚੁਗਲੀਆਂ ਉਹ ਨਹੀਂ ਲਾਉਣੀਆਂ ਚਾਹੀਦੀਆਂ। ਤਾਂ ਕਿ ਮੈਂ ਡੀ ਐਮ ਦਾ ਸ਼ੁਕਰੀਆ ਅਦਾ ਕਰਨਾ ਕਿ ਜਿਹਨਾਂ ਨੇ ਇਹ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਔਰ ਕਿਉਂਕਿ ਡੀ ਐਮ ਦੀ ਵਜ੍ਹਾ ਤੋਂ ਅਸਲ ਨੂੰ ਸਾਰਿਆਂ ਨੂੰ ਇਹ ਮੌਕਾ ਮਿਲ ਰਿਹਾ ਔਰ ਡੀ ਐਮ ਦੀ ਜਿਹੜੀ ਮੈਨੇਜਮੈਂਟ ਹੈ ਇੰਤਜ਼ਾਮੀਆ ਹੈ ਔਰ ਉਹਨਾਂ ਦੇ ਇਹ ਹੈ ਕਿ ਜੀ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਂ ਬੇਸ਼ੱਕ ਚੁਕਮੀਆਂ ਹੈ ਲੇਕਿਨ ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦੇ ਵਜ੍ਹਾ ਤੋਂ ਅਸੀਂ ਕੁਝ ਕਾਫੀ ਸਾਰੀ ਤਾਮੀਰੀ ਚੀਜ਼ਾਂ ਜਿਹੜੀਆਂ ਉਹ ਵੀ ਸਿੱਖ ਜਾਣਗੇ। ਤੁਸੀਂ ਦੇਖਦੇ ਹੋ ਕਿ ਪ੍ਰੋਗਰਾਮ ਦੇ ਵਿੱਚ ਮੁਖਤਲਿਫ ਖਾਕੇ ਦਿਖਾਏ ਜਾਂਦੇ ਨੇ ਔਰ ਉਹਨਾਂ ਖਾਕਿਆਂ ਦਾ ਦਿਖਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਜੀ ਤੁਸੀਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਬੜਾ ਇੱਕ ਤਾਮੀਰੀ ਕਿਸਮ ਦਾ ਮੈਸੇਜ ਹੁੰਦਾ ਹੈ ਔਰ ਉਹਦੇ 'ਤੇ ਸਲਾਹ ਦਾ ਪਹਿਲੂ ਸ਼ਾਮਿਲ ਹੁੰਦਾ ਹੈ ਔਰ ਇਸ ਵਜ੍ਹਾ ਤੋਂ ਮੈਂ ਇਹ ਸਮਝਦਾ ਕਿ ਉਹ ਵੀ ਸਲਾਹ ਜਿਹੜਾ ਬਹੁਤ ਅੱਛਾ ਹੈ। ਮੈਂ ਐਵਰੀ ਮੰਡੇ ਪ੍ਰੋਗਰਾਮ ਤੱਕਣਾ ਚੁਗਲੀ ਹਾਂ ਅਤੇ ਚੁਗਲੀ ਬਿਲਕੁਲ ਨਹੀਂ ਲਾਉਣੀ ਚਾਹੀਦੀ, ਕਿਸੇ ਦੀ ਨਹੀਂ ਚੁਗਲੀ ਨਹੀਂ ਕਰਨੀ ਚਾਹੀਦੀ। ਚੁਗਲੀ ਲਾਉਣਾ ਹੀ ਜਿਹੜਾ ਇਹ ਇੱਕ ਗੁਨਾਹ ਹੈ। ਇਸਨੇ ਬਾਵਜੂਦ ਲੋਕ ਚੁਗਲੀਆਂ ਲਾਉਣੇ, ਲੋਕਾਂ ਨੇ ਘਰਾਂ 'ਚ ਅਫਸਾਦ ਪਵਾਉਣੇ, ਘਰਾਂ 'ਚ ਪਟਾਈ ਚੋੜਿਆ ਨੇ, ਚੁਗਲੀ ਲਾਈ ਆਪੋ ਟੁਰੀ ਜਾਣੇ, ਪਿੱਛੇ ਘਰਾਂ 'ਚ ਅਫਸਾਦ ਪਈ ਜਾਣਾ, ਭੈਣਾਂ ਭਰਾਵਾਂ ਹੀ ਅਫਸਾਦ ਪਈ ਜਾਣਾ, ਰਿਸ਼ਤੇਦਾਰਾਂ ਹੀ ਅਫਸਾਦ ਪਈ ਜਾਣਾ, ਭਰਾ ਭਰਾ ਉਹਨਾਂ ਨੇ ਲੋਕ ਸੁਣਨੇ ਚੁਗਲੀ ਲਾਈ ਜਾਏ। ਤਾਂ ਇਸ ਵਾਸਤੇ ਚੁਗਲੀ ਤੋਂ ਹਮੇਸ਼ਾ ਬਚਣਾ ਚਾਹੀਦਾ। ਚੁਗਲੀਆਂ ਨਹੀਂ ਕਰਨੀ ਚਾਹੀਦੀਆਂ, ਚੁਗਲੀਆਂ ਕਰਨ ਨਾਲ ਬਹੁਤ ਸਾਰੇ ਗੁਨਾਹ ਹੋਣੇ, ਘਰਾਂ 'ਚ ਲੜਾਈ ਝਗੜੇ ਹੋਣੇ, ਫਸਾਦ ਹੋਣੇ, ਇਹਦੇ ਤੋਂ ਬਚਣਾ ਚਾਹੀਦਾ। ਸਾਰੇ ਘਰ 'ਚ ਲੜਾਈ ਝਗੜੇ ਹੋਣੇ, ਚੁਗਲੀਆਂ ਨਹੀਂ ਕਰਨੀਆਂ ਚਾਹੀਦੀਆਂ, ਇਹਦੇ ਤੋਂ ਬਚਣਾ ਚਾਹੀਦਾ। ਇਹ ਹੁਣ ਘਰਾਂ 'ਚ ਲੈ ਜਾਣਾ, ਇਹ ਚੁਗਲੀਆਂ ਕਰਨੀਆਂ ਅੱਛੀ ਗੱਲ ਨਹੀਂ, ਅੱਛੀ ਆਦਤ ਨਹੀਂ ਹੈ। ਮੈਂ ਸ਼ਾਦੀ 'ਤੇ ਆਇਆ, ਮੇਰੇ ਦੋਸਤ ਦੇ ਲੜਕੇ ਦੀ ਸ਼ਾਦੀ ਹੈ ਅਤੇ ਇੱਥੇ ਵੀ ਲੋਕ ਚੁਗਲੀਆਂ ਕਰ ਰਹੇ ਨੇ, ਇਹ ਚੁਗਲੀ ਨਹੀਂ ਕਰਨੀ ਚਾਹੀਦੀ। ਨੁਕਸਾਨ ਘਰਾਂ 'ਚ ਲੜਾਈ ਝਗੜੇ ਹੋਣੇ, ਇਹਦੇ ਤੋਂ ਬਚਣਾ ਚਾਹੀਦਾ। ਚੁਗਲੀਆਂ ਦੇ ਪ੍ਰੋਗਰਾਮ ਵਿੱਚ ਤਾਂ ਮੈਂ ਤੁਸਾਂ ਕੀ ਕਹਿਣਾ ਚਾਹਾਂ ਕਿ ਅਸਾਂ ਵਸੀਅਤ ਮੁਸਲਮਾਨ ਚੁਗਲੀ ਜਾਂ ਗੀਬਤ ਕਰਨਾ ਇਹ ਜੁਰਮ ਹੈ। ਇਸ ਵਾਸਤੇ ਚੁਗਲੀਆਂ ਕਰਨਾ ਜਾਂ ਗੀਬਤ ਕਰਨਾ ਇਹ ਛੋੜ ਦਿਓ। ਆਪਣੇ ਅਸਾਂ ਮੁਸਲਮਾਨ ਹਾਂ, ਮੁਸਲਮਾਨੀ ਲਿਹਾਜ਼ ਨਾਲ ਚਲੋ, ਆਪਣੇ ਵਿੱਚ ਸਲੂਕ ਇਤਫਾਕ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਮੁਸਲਮਾਨ ਅਸਾਂ ਨੂੰ ਫਰਜ਼ ਹੈ ਕਿ ਇੱਕ ਦੂਜੇ ਦੀ ਗਲਤ ਕੰਮ ਕਰ ਰਿਹਾ ਤਾਂ ਮਨਾ ਕੀਤਾ ਜਾਵੇ। ਡੀਐਮ ਡਿਜੀਟਲ ਪਰ ਕਿਆ ਪ੍ਰੋਗਰਾਮ ਚੁਗਲੀਆਂ ਆਜ ਸੁਮਾਰ ਰਹੇ ਦਿਨ ਵਿੱਚ ਹੋਣਾ, ਬੜਾ ਅੱਛਾ ਪ੍ਰੋਗਰਾਮ ਹੈ। ਅਫਸੋਸ ਹੈ ਕਿ ਇੱਕ ਹੈ ਦਿਨ ਹੋਣਾ, ਸੱਤੇ ਜਿਹੜੇ ਪ੍ਰੋਗਰਾਮ ਹੋਣ ਦਾ ਆਵਾਮ ਨਹੀਂ ਕਹਿੰਦੇ ਸੀ, ਬੜੇ ਅੱਛੇ ਤਰੀਕੇ ਨਾਲ ਲੱਗਿਆ ਅਤੇ ਅਮਰ ਸ਼ਲਾਤ ਸਿਰ ਭਾਈ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਇੱਥੇ ਦਾ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਪ੍ਰੋਗਰਾਮ ਜਿਹੜਾ ਪੇਸ਼ ਕਰ ਰਹੇ ਪ੍ਰੋਗਰਾਮ ਤਾਂ ਅੱਛਾ, ਮਗਰ ਇਸ ਦੇ ਪਿੱਛੇ ਬੜਾ ਸਬਕ ਹੋਣਾ ਕਿ ਅਸਾਂ ਜਿਹੜਾ ਬੰਦਾ ਸਾਹਮਣੇ ਅੱਛਣਾ ਤਾਂ ਉਸੇ ਵਾਲੇ ਅਸਾਂ ਸਾਰੀਆਂ ਗੱਲਾਂ ਕਰੀਆਂ। ਇਹ ਚੀਜ਼ਾਂ ਜਿਹੜੀਆਂ ਪਹਿਲੀ ਬਾਰਾਂ ਪ੍ਰੋਗਰਾਮ ਤੱਕ ਗਿਆ ਤਾਂ ਬੜਾ ਯਾਨੀ ਮੁੰਡਾ ਜਿਹਾ ਪ੍ਰੋਗਰਾਮ ਹੈ। ਪੰਜਾਬ ਵਿੱਚ ਜਿਹੜਾ ਚੁਗਲੀਆਂ ਪ੍ਰੋਗਰਾਮ ਹੈ ਬੜਾ ਬਹੁਤ ਅੱਛਾ ਪ੍ਰੋਗਰਾਮ ਹੈ, ਲੇਕਿਨ ਅੱਛਾ ਹੁੰਦਾ ਸੁਣਿਆ, ਲੇਕਿਨ ਚੁਗਲੀਆਂ ਜਿਹੜੀਆਂ ਲਾਣੀਆਂ ਵੀ ਅੱਛੀ ਚੀਜ਼ ਨਹੀਂ, ਜਿਹੜੀ ਕੋਈ ਮਾੜੀ ਆਦਤ ਹੈ ਜਿਹੜੇ ਲੋਕ ਚੁਗਲੀ ਲਾਈ ਕਰਕੇ ਪਿੱਛੇ ਜਾਣੇ ਨੇ ਅਤੇ ਘਰੋਂ ਚੱਲਣ ਲਾਣੇ ਨੇ, ਅੱਛੀ ਬਾਤ ਨਹੀਂ ਹੈ। ਠੀਕ ਹੈ, ਸਾਰੇ ਮਾੜੀਆਂ ਫਿਤਰਤਾਂ ਨਹੀਂ ਮਜ਼ਬੂਤ ਕਰਨੀਆਂ ਚਾਹੀਦੀਆਂ। ਬਹਰਹਾਲ ਇਹ ਹੈ ਵੀ ਜਿਹੜਾ ਵੀ ਚਾਰ ਦਿਨ ਨੁਕਸਾਨ ਹੈਗਾ, ਉਸ ਤੋਂ ਬਾਅਦ ਕੋਈ ਪਤਾ ਨਹੀਂ, ਸਾਡਾ ਆਖਰੀ ਘੜੀ ਉਸੀ ਜਾਂਦੀ ਹੈ। ਲੇਕਿਨ ਬਿਹਤਰ ਇਹ ਹੈ ਕਿ ਇਹ ਕੰਮ ਜਿਹੜੇ ਮਾੜੇ ਨੇ ਸਾਰੇ ਛੋੜ ਦੇਣੇ ਚਾਹੀਦੇ, ਚੰਗੇ ਕੰਮ ਕਰਨੇ ਚਾਹੀਦੇ, ਉਹ ਕੰਮ ਕਰੋ ਜਿਹੜਾ ਜਿਸਨੇ ਕਿਸੇ ਕਿ ਸਫਲ ਹਾਸਲ ਹੋਇਆ, ਤਾਂ ਕਿ ਮਤਲਬ ਅੱਛਾ ਕੰਮ ਛੋੜੀ ਜਾਣ, ਕਿਸੇ ਵਾਸਤੇ ਇੱਕ ਲਫਜ ਵੀ ਜਿਹੜਾ ਹੋਣਾ ਉਹ ਸਦਕਾ ਜਾਰੀਆ ਹੋਣਾ। ਬਹਰਹਾਲ ਸ਼ਾਹਜ਼ਾਦ ਸਾਹਿਬ ਪ੍ਰੋਗਰਾਮ ਕਰਨੇ ਬਹੁਤ ਅੱਛਾ ਪ੍ਰੋਗਰਾਮ ਹੈ, ਇਹਨਾਂ ਨੂੰ ਪਸੰਦ ਕਰਨੇ ਅਸਲ ਤੱਕ ਕਿਉਂਕਿ ਜਿਹੜੀਆਂ ਇੱਕ ਦੂਜੇ ਦੀਆਂ ਚੁਗਲੀਆਂ ਲਾਣੀਆਂ ਇੱਕ ਦੂਜੇ ਨਾਲ ਮਤਲਬ ਇੱਧਰ ਹੀ ਗੱਲਾਂ ਚਾ ਕੇ ਦੂਸਰੇ ਨੂੰ ਬਣੀਆਂ, ਘਰਾਂ 'ਚ ਭੰਡੀਆਂ ਲੜਾਈਆਂ ਕਰਾਣੀਆਂ, ਸਾਥ ਕਰਾਉਣੇ, ਅੱਛੀ ਬਾਤ ਨਹੀਂ ਹੈ। ਇਸ ਵਾਸਤੇ ਮੈਂ ਸਾਰਿਆਂ ਦੀ ਭੈਣਾਂ ਭਰਾਵਾਂ